इंसाफ मौला दावे इंसाफ कुदरत दावे इंसाफ मौला दावे इंसाफ मौला दावे ਵਾੜਾ ਚ ਹੱਥ ਨਾ ਪਾ ਕੱਟ ਜਾਵੇਂਗਾ ਮਰ ਜਾਵੇਂਗਾ ਬੱਲਿਆ ਓਏ ਜੋਗਰਾਜ ਦੀ ਔਲਾਦ ਸਕ ਜਾ ਆ ਦੇਖ ਸਨੀ ਜਲ ਵਾਲਾ ਇਹ ਹੱਥ ਜਦੋਂ ਕਿਸੇ ਤੇ ਉੱਠ ਜਾਂਦਾ ਨਾ ਤਾਂ ਉਹ ਫਿਰ ਉੱਠ ਹੀ ਜਾਂਦਾ Yeah.
ਮੇਰੇ ਲਈ ਉਹਨਾਂ ਨਾਲ ਦੁਸ਼ਮਣੀ ਮੰਨ ਲਿਆ। ਜੋ ਕਿ ਗੱਲ ਦੁਸ਼ਮਣੀ ਦੀ ਨਹੀਂ, ਕਿਸੇ ਵੀ ਔਰਤ ਤੇ ਹੁੰਦੀ ਬਦਸਲੂਕੀ ਨੂੰ ਬਰਦਾਸ਼ਤ ਕਰਨਾ ਇੱਕ ਪੰਜਾਬੀ ਬੰਦੇ ਦੀ ਫਿਤਰਤ ਨਹੀਂ ਹੁੰਦਾ। ਗੱਲ ਫਿਰ ਚਾਹੇ ਨਫ਼ੇ ਦੀ ਹੋਵੇ ਜਾਂ ਨੁਕਸਾਨ। ਅੰਕਲ ਜੀ, ਕਾਲਜ ਕਿਸੇ ਨਾਲ ਲੜਾਈ ਹੋ ਗਈ ਹੈ। ਓਏ ਕਤੂਤਾ, ਬਦਾਮ ਖੋ ਕੇ ਇਸ ਲਈ ਮੈਂ ਮਾਰਿਆ? ਇਹ ਤੂੰ ਜਿਹੜੇ ਖੜੇ ਤੋਂ ਚੁੱਤੀਆਂ ਖਾਂਦਾ ਫਿਰੇ, ਚਿੱਤਰ ਖਾ ਕੇ ਘਰ ਆਉਂਦੇ ਨੂੰ ਸ਼ਰਮ ਨਹੀਂ ਆਈ? ਸੋਰੀ ਪਿਤਾ ਜੀ, ਅੱਗੇ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ। ਇਸ ਦਾ ਮਤਲਬ ਛਿੱਤਰਾਂ ਦਾ ਪ੍ਰੋਗਰਾਮ ਅਜੇ ਅੱਗੇ ਵੀ ਬਾਕੀ ਹੈ। ਚੁੱਪ! ਉਹ ਹੈ ਕੌਣ ਜਿਸਨੇ ਸ਼ੇਰ ਚੰਗ ਸੰਗ ਦੇ ਘਰ ਦੇ ਅੰਦਰ ਚੱਕਣ ਦੀ ਜੁਰਅਤ ਕੀਤੀ ਹੈ? ਦੀਪ ਨਾ ਆਇਆ ਉਹਦਾ। ਓਏ, ਉਹਦੇ ਚਾਰ ਹੱਥ ਸੀ, ਫੇਰ ਕਿਉਂ ਛਿੱਤਰ ਖਾ ਕੇ ਆਈਆਂ ਕਦੂਤਾਂ? ਮੈਂ ਦੇਖਦਾ ਇਹਨਾਂ ਕਦੂਤਾਂ ਨੇ ਤਾਂ ਮੇਰਾ ਨੱਕ ਹੀ ਵੜਾ ਕੇ ਰੱਖਿਆ। ਸੋਰੀ ਪਿਤਾ ਜੀ, ਮੈਂ ਇਹਨਾਂ ਨੂੰ ਛੱਡੂੰਗਾ ਨਹੀਂ। ਮੇਰੇ ਪੁੱਤ ਨੂੰ ਕੀ ਹੋ ਗਿਆ? ਤੁਸੀਂ ਬੈਠੇ ਉੱਠ ਕੇ ਦੇਖਦਾ ਲਓ ਕੀ ਹੋ ਗਿਆ ਮੇਰੇ ਪੁੱਤ ਨੂੰ, ਬੈਠੇ ਹੋ ਦੇਖਦਾ ਲਓ। ਕੁਛ ਨਹੀਂ ਹੋਇਆ ਤੇਰੇ ਲਾਡਲੇ ਨੂੰ, ਇਹ ਛਿੱਤਰ ਖਾ ਕੇ ਆ। ਇਹਨੂੰ ਪੁੱਛ ਕਿ ਕਿਤੇ ਛਿੱਤਰ ਮਾਰ ਕੇ ਕੀ ਆਵੇਗਾ, ਸਦਾ ਛਿੱਤਰ ਹੀ ਖਾਂਦਾ ਰਹੇਗਾ। ਯਾਰ, ਸਾਡਾ ਬੁੜਾ ਅਮਰੀਸ਼ਪੁਰੀ ਬਣਿਆ ਫਿਰਦਾ ਰਹਿੰਦਾ। ਸਾਡਾ ਇਮਤਿਹਾਨ ਨਾ ਲਓ, ਇਹ ਵੀ ਭਲਾ ਕੋਈ ਮਾਪ ਤੁਲ ਕੇ ਦੱਸਣ ਵਾਲੀ ਗੱਲ ਹੈ? ਅਸੀਂ ਕਿੰਨਾ ਕੁ ਪਿਆਰ ਕਰਦਾ, ਜੇ ਯਕੀਨ ਨਹੀਂ ਤਾਂ ਸਾਡੀਆਂ ਅੱਖਾਂ ਵਿੱਚ ਤੱਕ ਲਓ, ਆਪੇ ਪਤਾ ਲੱਗ ਜੂ ਕਿੰਨਾ ਪਿਆਰ ਕਰਦਾ। Thank you.
ਮੇਰੇ ਵੀਰ ਜੀ ਹਾਂ ਹਾਂ ਕਿਹਦੀ ਸੋਚ ਲੁਪਿਆ ਆ ਕਿਹਦੀ ਸੋਚ ਕਿਹਦੀ ਸੋਚ ਕਿਤੇ ਸੁਪਨੇ ਚ ਮੇਰੀ ਭਾਬੀ ਦਲ ਦੇਖ ਰਹੀ ਸੀ ਕਿਹਦੀ ਭਾਬੀ ਕਿਹਦੀ ਭਾਬੀ ਕੋਈ ਭਾਬੀ ਨਹੀਂ ਨਹੀਂ ਕੋਈ ਚੱਕਰ ਨਹੀਂ ਤੌਲੀਏ ਜਾ ਤੂੰ ਹੋਰ ਜਿੰਦਰ ਸਿੰਘ ਸਾਹਿਬ ਹੋਰ ਸ਼ੇਰ ਬਾਬਾ ਜੀ ਬੈਠੋ ਬੈਠੋ ਕੀ ਹਾਲ ਆ ਠੀਕ ਹੈ ਜੀ ਮਹਾਰਾਜ ਸਮਾਂ ਅਛੂਟੀ ਚੱਲ ਰਿਹਾ ਦਾ ਇਧਰ ਰੱਖੋ ਜੀ ਹੋਰ ਜੀ ਗੁਰਦਰ ਸਿੰਘ ਸਾਹਿਬ ਕੀ ਹਾਲ ਆ ਤੁਹਾਡਾ ਧੰਨਵਾਦ ਧੰਨਵਾਦ ਜਾਨੇ ਜੋ ਦਰਸ਼ਨ ਹੋਏ ਤੁਹਾਡੇ ਬਾਅਦ ਸ਼ੇਰ ਜਾਂਦੀ ਗੁਰਦਰ ਸਿੰਘ ਸਾਹਿਬ ਕੱਲ ਰੌਕੀ ਨੂੰ ਇਸੇ ਹੀ ਕਾਲਜ ਦੇ ਸਟੂਡੈਂਟ ਨੇ ਬਹੁਤ ਹੀ ਬੁਰੀ ਤਰ੍ਹਾਂ ਕੁੱਟਿਆ ਮਹਾਰਾਜ ਇੱਕ ਗੱਲ ਸੁਣੋ ਥੋੜਾ ਹੌਲੀ ਬੋਲੋ ਦਿਲ ਦਾ ਮਾਮਲਾ ਹੈ ਨਾ ਕਦੇ ਗਿਰ ਜਾਂਦਾ ਹੈ ਮੇਰੇ ਵੀਰ ਦਾ ਜਹਾਜ਼ ਉਤਰਿਆ ਕਿ ਨਹੀਂ ਬਸ ਬਾਈ ਤੂੰ ਅੱਖਾਂ ਬੰਦ ਕਰਕੇ ਤਾਂ ਖੋਲ ਤੇਰੇ ਸਾਹਮਣੇ ਸਤਿ ਸ਼੍ਰੀ ਅਕਾਲ ਜੀ
ਕਹਿ ਦੀ ਹੁਣ ਤਾਂ ਮਾਫੀ ਦੇ ਦਿਓ ਕਿੱਦਾਂ ਮਿਲੇਗੀ ਮਾਫੀ ਮਾਫੀ ਚਾਹੀਦੀ ਹੈ ਨਾ ਦੋ ਘੰਟੇ ਤੋਂ ਇੰਤਜ਼ਾਰ ਕਰ ਰਹੀ ਹਾਂ ਪਤਾ ਨਾ ਬਸ ਇਹੀ ਗੱਲ ਤਾਂ ਸਾਡੇ ਵਿੱਚ ਆ ਜੋ ਹਰ ਮੋਰਚੇ ਕੁੜੀਆਂ ਸਾਡਾ ਇੰਤਜ਼ਾਰ ਕਰਦੀਆਂ ਨੇ ਠੀਕ ਹੈ ਸਰ ਮੈਂ ਇੱਕ ਮਿੰਟ ਜਾਨ ਮੈਂ ਮਜ਼ਾਕ ਕਰ ਰਿਹਾ ਸੀ ਮੈਂ ਮਜ਼ਾਕ ਕਰ ਰਿਹਾ ਸੀ ਵਰਨਾ ਇਸ ਚਿਹਰੇ ਵਿੱਚ ਕੁਝ ਵੀ ਐਸਾ ਨਹੀਂ ਜੋ ਕੋਈ ਇੰਤਜ਼ਾਰ ਕਰੇ ਸੋਰੀ ਬਾਬਾ ਹੁਣ ਤਾਂ ਮਾਫ਼ ਕਰ ਦੇ ਤੈਨੂੰ ਕਿੰਨੇ ਵਾਰੀ ਕਿਹਾ ਮੇਰੇ ਕੰਮਾਂ 'ਚ ਦਖਲ ਅੰਦਾਜ਼ੀ ਨਾ ਦਿਆ ਕਰ ਮੰਮਾ ਸਮਝਾਓ ਨਾ ਦੀਦੀ ਨੂੰ ਉਹ ਕੀ ਤਮਾਸ਼ਾ ਬਣਾਈ ਰੱਖਿਆ ਸਾਰਾ ਦਿਨ ਕੋਈ ਕੰਮ ਨਹੀਂ ਆਲਾ ਤਾਂ ਤੁਹਾਡੇ ਪਿਓ ਨੂੰ ਕਰਦੀ ਮੈਂ ਗੱਲ ਇਹੀ ਤਾਂ ਮੈਂ ਉਹਨੂੰ ਕਹੀ ਜਾਂਦਾ ਬਾਈ ਇਹ ਟੈਂਸ਼ਨ ਲੱਤੇ ਇਹਨਾਂ ਕੁੱਤੀਆਂ ਲੰਡੀਆਂ ਪੁੱਛੀਆਂ ਦੀਆਂ ਪੁੱਛਾਂ ਚੁਕਾ ਦੇਗੇ ਕੰਜਰੋ ਉਹ ਸ਼ਰਮ ਕਰੋ ਸ਼ਰਮ ਕਿਉਂ ਜ਼ਿੰਦਗੀਆਂ ਖਰਾਬ ਕਰੀ ਜਾਂਦੇ ਹੋ ਖੇਡਣ ਮਲਣ ਅਤੇ ਪੜ੍ਹਾਈ ਕਰਨ ਦੇ ਦਿਨਾਂ ਨੂੰ ਕਿਉਂ ਬਰਬਾਦ ਕਰੀ ਜਾਂਦੇ ਹੋ ਕਿੰਨੇ ਆ ਯਾਰ ਤੈਨੂੰ ਕੋਈ ਤਕਲੀਫ ਆ ਹਾਂ ਪੀਨੇ ਆ ਨਾਲੇ ਤੈਥੋਂ ਕਿਹੜਾ ਮੰਗ ਕੇ ਪੀਨੇ ਆ ਉਹ ਕਿਉਂ ਪੁੱਠੇ ਕੰਮਾਂ 'ਚ ਪਏ ਆ ਆਪਣੇ ਤਾਂ ਘਰਦਿਆਂ ਦਾ ਖਿਆਲ ਕਰ ਲੋ ਸਾਲੇ ਹੋਇਆ ਮੰਗ ਕੇ ਪੀਣ ਦੇ ਉੜਦਾ ਘਸੀਟ ਕੇ ਪ੍ਰਿੰਸੀਪਲ ਸਾਹਿਬ ਕੋਲ ਲੈ ਕੇ ਚੱਲਾਂ ਸਿਕੰਦਰਾ ਯਾਰ ਇੱਕ ਗੱਲ ਨਹੀਂ ਸਮਝ ਆਈ ਵੀ ਇਹਨਾਂ ਕੰਜਰਾਂ ਨੂੰ ਸਮੈਕ ਲਿਆ ਕੇ ਕੌਣ ਦਿੰਦਾ ਪਤਾ ਕਰਨਾ ਪਊ ਨਾਲੇ ਪਹਿਲਾਂ ਪ੍ਰਿੰਸੀਪਲ ਨੂੰ ਦੱਸਣਾ ਜ਼ਰੂਰੀ ਹੈ ਮੈਂ ਇਹਦਾ ਕਿਵੇਂ ਨਾ ਕਿਵੇਂ ਪਤਾ ਜ਼ਰੂਰ ਕਰਦਾ ਚੱਲ ਪਹਿਲਾਂ ਆਪਾਂ ਪ੍ਰਿੰਸੀਪਲ ਸਾਹਿਬ ਨੂੰ ਦੱਸ ਦਈਏ ਹਾਂ ਚੱਲ ਕਿਵੇਂ ਸਰ ਸਰ ਆਪਣੇ ਕਾਲਜ ਦੇ ਕੋਲ ਸਟੂਡੈਂਟ ਸਮੈਕ ਪੀ ਰਹੇ ਨੇ ਪਤਾ ਲੱਗਣਾ ਪਵੇਗਾ ਕਿ ਸਮੈਕ ਇਹਨਾਂ ਨੂੰ ਸਪਲਾਈ ਕੌਣ ਕਰ ਰਿਹਾ ਵੀ ਇਹ ਤਾਂ ਬਹੁਤ ਬੁਰੀ ਬਾਤ ਹੈ ਇਹ ਤਾਂ ਨਸ਼ਿਆਂ ਦਾ ਘੋੜ ਹੈ ਨੌਜਵਾਨ ਪੀੜ੍ਹੀ ਖਰਾਬ ਹੋ ਜਾਏਗੀ ਜਲਦੀ ਜਲਦੀ ਪਤਾ ਕਰੋ ਬੇਟਾ ਜਲਦੀ ਜਲਦੀ ਸਰ ਤੁਸੀਂ ਫਿਕਰ ਨਾ ਕਰੋ ਤੁਸੀਂ ਦੇਖਦੇ ਜਾਓ ਮੈਨੂੰ ਕਿਵੇਂ ਨੰਗਾ ਕਰਨਾ ਬੇਟਾ ਨੰਗੇ ਨਹੀਂ ਕਰਨਾ ਸੌ ਲੱਛਮੀ ਦੀ ਦੇਵੀਆਂ ਪੜ੍ਹਦੀਆਂ ਅਤੇ ਕੰਨੇ ਆ ਜੂ ਕਹਿੰਦੇ ਆਪਾਂ ਧਿਆਨ ਹੈ ਸਰ ਇਸ ਤਰ੍ਹਾਂ ਨੰਗੇ ਕਰਨ ਨੂੰ ਮੈਂ ਕਿਹਾ ਜੀ
ਮੇਰਾ ਮਤਲਬ ਮੈਂ ਇਸ ਰੈਕਟ ਦਾ ਪਰਦਾ ਫਾਸ ਕਰ ਲਿਆ। ਠੀਕ ਹੈ ਬੇਟਾ, ਠੀਕ ਹੈ, ਚੱਕ ਲਿਆ ਬੇਟਾ। ਬੇਦਖਲਤਾ ਨਹੀਂ ਕਰਤਾ ਜੋ ਲੋਕਾਂ 'ਚ ਟੱਕਰਾਂ ਮਾਰਦਾ ਫਿਰਦਾ। ਓਏ ਇਹਦਾ ਖੈੜਾ ਛੱਡ ਦੇ, ਇਹ ਸਿਰਫ ਮੇਰੀ ਆ ਮੇਰੀ। ਪਹਾੜਾਂ ਨਾਲ ਟਕਰਾਏਗਾ ਤਾਂ ਫੱਟੜ ਹੋ ਜਾਏਗਾ ਬੱਲਿਆ। ਓਏ ਤੇਰੇ ਪਹਾੜ ਦੀ ਤਾਂ ਐਸੀ ਦੀ ਤੈਸੀ। ਸ਼ੇਰ ਬਾਜਤਾ ਤੂਫਾਨਾਂ ਦੇ ਰਸਤੇ ਹੀ ਬਦਲ ਦਿੰਦਾ। ਕੱਲ ਦਿਆ ਛੋਕਰਿਆ, ਤੂੰ ਤਾਂ ਹਜੇ ਬੱਚਾ ਹੈ। ਇਹਨਾਂ ਫੜ ਜਾ। ਓਏ ਆ ਕੀ, ਅੱਜ ਕੱਲ ਪਿਓ ਦੀਆਂ ਫੋਟੋ ਸਟੇਟ ਕਾਪੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ। ਆ ਜਦੋਂ ਮੱਥਾ ਲਾਵੇਂਗਾ ਤੇ ਸਾਰੀਆਂ ਗਲਤ ਪੈਮੀਆਂ ਦੂਰੋਂ ਚੜਨੀਆਂ। ਅਪ ਤੇਰਾ ਜਵਾਕ ਨੂੰ ਡਰਾ ਲਿਆ, ਧਮਕਾ ਲਿਆ, ਹੁਣ ਪਤਾ ਲੱਗੂ ਤੇ ਕਿੰਨੀ ਵੀ ਸੌਂਦਾ। ਓਏ ਬਾਣੀਏ ਦਾ ਪੁੱਤ ਲੱਗਦਾ ਜਿਹੜਾ ਕਿਲੋ ਪੰਸੇਰੀਆਂ ਦੀਆਂ ਗੱਲਾਂ ਕਰਦਾ। ਜੱਟ ਤਾਂ ਤਨਾ ਤੇ ਕੁਇੰਟਲਾਂ ਦੀਆਂ ਗੱਲਾਂ ਕਰਦੇ ਨੇ। ਆ ਦੇਖ ਦੋ ਹੱਥ। ਕੀ ਕਰਾਉਂਦੇ ਪਏ ਹੋ ਬਾਈ? ਬਸ ਅਸੀਂ ਉਂਝ ਹੀ ਫਿਜ਼ੀਕਲ ਟ੍ਰੇਨਿੰਗ ਲਾ ਰਹੇ ਸੀ। ਸ਼ੇਰ ਬਹਾਦਰ, ਸ਼ੇਰ ਜੰਗ ਜੀ, ਤੁਸੀਂ ਸਾਰੇ ਉਹ ਨਹੀਂ ਜੋ ਤੁਸੀਂ ਸੁਣ ਰਹੇ ਹੋ, ਇਹ ਉਹਨਾਂ ਦੀ ਫੋਟੋ ਕਾਪੀ ਮਤਲਬ ਡੁਪਲੀਕੇਟ ਹੈ ਜਿਵੇਂ ਰਾਮ ਔਰ ਸ਼ਾਮ। ਵੈਰੀ ਨਾਈਸ। ਆਹ ਪ੍ਰਿੰਸੀਪਲ ਸਾਹਿਬ, ਮਹਾਰਾਜ ਹੌਲੀ ਬੋਲੋ, ਜਲਦਾ ਮਾਂ ਲਾਈਟ ਜੇ ਹੋ ਗਿਆ ਨਾ ਉਹ ਘਰੇ ਡਿੱਗੂਗੀ। ਇਹਦਾ ਮਤਲਬ ਤੁਹਾਨੂੰ ਮੈਂ ਸਮਝਾਉਣਾ। ਸ਼ਾਮ ਸ਼ਾਮ ਇਹ ਰਾਮ ਔਰ ਸ਼ਾਮ ਨਹੀਂ, ਇਹਦਾ ਮਤਲਬ ਪਤਾ ਕੀ ਆ? ਮਹਾਰਾਜ ਹੌਲੀ ਬੋਲੋ, ਮੈਨੂੰ ਤਾਂ ਹੋਈ ਹੋਈ ਜਾਂਦਾ ਹੋਰ ਕਹੋ। ਸ਼ੇਰ ਬਾਜ ਸਿੰਘ ਤੱਚਰ ਚੰਗ ਸਿੰਘ। ਉਹ ਭਰਾਵਾ ਨਾ ਹੀ ਪੁੱਛਿਆ, ਇੰਨਾ ਬੜਕਾ ਕਿਤੋਂ ਮਾਰੀਏ ਨੀ, ਹੱਦ ਹੋ ਗਈ। ਨਹੀਂ ਪੁੱਛਦਾ ਮੈਂ ਕਿੱਥੋਂ ਪੰਗਾ ਪਾਲਿਆ ਪੁੱਛਿਆ ਨਹੀਂ। ਤੁਹਾਨੂੰ ਪੰਜਾਬੀ ਭਾਸ਼ਾ ਨਾ ਸਮਝ ਨਹੀਂ ਆਉਂਦੀ ਬੇਟਾ? ਮੈਂ ਤਾਂ ਨਹੀਂ ਉਹ ਹਿੰਦੀ ਦਾ ਟੀਚਰ ਨਾ ਬੇਟਾ, ਤਾਂ ਕਰਕੇ ਗੱਲ ਹੋਈ। ਸੋਰੀ, ਕਿੱਥੋਂ ਪੰਗਾ ਪਾਲਿਆ, ਸ਼ੇਰ ਜਾਂਗਾ ਕਿ ਜੇ ਬਹਾਦਰ, ਇਸੇ ਕਰਕੇ ਪੰਜਾਬੀ ਬੋਲੀ ਆ। ਮਹਾਰਾਜ ਮੈਂ ਹਿੰਦੀ ਠੀਕ ਆ ਜੀ, ਮੈਂ ਪੰਜਾਬੀ ਨਹੀਂ, ਮੈਨੂੰ ਜਾਣ ਦਿਓ, ਪਲੀਜ਼ ਰਿਕੁਐਸਟ ਆ ਜੀ, ਜਾਣ ਦਿਓ। ਓਕੇ ਬੇਟਾ, ਆਪਣੀ ਮੰਮੀ ਨੂੰ ਕਹੀ ਮੇਰੇ ਵੱਲੋਂ ਧਿਆਨ ਨਾ ਰਿਹਾ ਕਰੇ, ਦੋਨੇ ਇੱਕੋ ਜਿਹੇ ਆ। ਓਕੇ, ਗੁੱਡ ਬੋਏ। ਜਦ ਦੀ ਤੂੰ ਕਾਲਜ ਵਿੱਚ ਆਈ ਨੀ ਉਸੇ ਦਿਨ ਤੋਂ ਛੁੱਟੀ ਪੜ੍ਹਾਈ, ਜਦ ਦੀ ਤੂੰ ਕਾਲਜ ਵਿੱਚ ਆਈ ਨੀ ਉਸੇ ਦਿਨ ਤੋਂ ਛੁੱਟੀ, ਉਸੇ ਦਿਨ ਤੋਂ ਛੁੱਟੀ ਪੜ੍ਹਾਈ, ਤੂੰ ਹੋਸ਼ ਉਡਾਤੇ ਨੀ ਕੁੜੀਏ,
रॉकी 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 चंद्रिया छड़ दे जेर नु तेरी जिंदगी खराब हो जाऊंगी चंद्रिया छड़ दे जेर नु रॉकी की करी जाना है रॉकी ये की करी जाना सी ते चंद्रिया छड़ दे जेर नु तेरी जिंदगी खराब हो जाऊंगी चंद्रिया जो दूजा के घर उजाड़ दे ने ओ आप बर्बाद हो जाते ने बर्बाद कदे खुश होके नहीं रहते मुंह चुप करन दा की लेंगी और मैं और चुप होके नहीं रह सकती ए सब दे जिम्मेदार तुसी हो तुसी हां मेरे वाल अखा जे की करदे हो अखा मेरे भी लगिया होइया ने मैं अपने बच्चा नाल हुण और खिलवाड़ नहीं कर सकती तू चुप हुन्नी आ के मारो रुक क्यों गे इस तो अलावा तुसी हुण और कर भी की सकदे हो अज तो मुड़ के जे तू इस शहर नु हाथ लाया मां तुसी सही नहीं कर रहे शेर जंग की फैमिली सही नहीं दुनिया भर दे गलत कामों कर देने ਤੁਸੀਂ ਸਹੀ ਨਹੀਂ ਕਰ ਰਹੇ ਬਹੁਤ ਗਲਤ ਕਰ ਰਹੇ ਕਿਉਂ ਕੁੜੀ ਦੀਆਂ ਖੁਸ਼ੀਆਂ ਬਰਬਾਦ ਕਰਨ ਲੱਗਾ ਜੇ ਕੁੜੀ ਕਨੇਡਾ ਚਲੀ ਗਈ ਤਾਂ ਆਪਾਂ ਵੀ ਕਨੇਡਾ ਚਲੇ ਜਾਵਾਂਗੇ ਉਹ ਮੇਰੇ ਭੋਲੇ ਬਾਪੂ ਤੁਹਾਨੂੰ ਕਿਉਂ ਨਹੀਂ ਸਮਝ ਆਉਂਦੀ ਤੁਹਾਡੇ ਕਨੇਡਾ ਦੇ ਸੁਪਨਿਆਂ ਤੋਂ ਮੈਂ ਆਪਣੀ ਭੈਣ ਕੁਲਵਾਨ ਨੂੰ ਦੱਸੂ ਨਹੀਂ ਚਾਹੀਦੀ ਉਹ ਕੁੜੀ ਦਾ ਪੱਤ ਮੁੰਡਾ ਬੁਲਾਈ ਚੰਗਾ 20-25 ਲੱਖ ਦੀ ਕੀ ਗੱਲ ਹੈ ਨਾਲੇ ਕੁੜੀ ਸੌਖੀ ਰਹੂ ਨਾਲੇ ਆਪਾਂ ਸੌਖੇ ਰਵਾਂਗੇ ਮਾਂ ਮੁੰਡਾ ਇੱਕ ਨੰਬਰ ਦਾ ਅਯਾਸ਼ ਹੈ ਰੱਜ ਕੇ ਨਸ਼ੇ ਵੇਚਦੇ ਆ ਰੱਜ ਕੇ ਨਸ਼ੇ ਖਾਂਦੇ ਆ ਉਸ ਘਰ ਵਿੱਚ ਭੈਣ ਕਿੱਦਾਂ ਖੁਸ਼ ਰਹਿ ਸਕਦੀ ਕੋਈ ਤੂੰ ਕਿਉਂ ਨਹੀਂ ਕਹਿੰਦਾ ਮੈਂ 20-25 ਲੱਖ ਰੁਪਏ ਦੇਣ ਤੋਂ ਖੁਸ਼ ਨਹੀਂ ਕੁੜੀ ਵੀ ਤੇਰੇ ਬਰਾਬਰ ਦੀ ਹਿੱਸੇਦਾਰ ਬਾਪੂ ਜਾਇਦਾਦ ਚਾਹੇ ਸਾਰੀ ਭੈਣ ਨੂੰ ਦੇ ਦੇ ਮੈਨੂੰ ਪੈਸੇ ਟਕੇ ਦਾ ਮੋਹ ਨਹੀਂ ਸਵਾਲ ਸਿਰਫ ਭੈਣ ਦੀਆਂ ਖੁਸ਼ੀਆਂ ਦਾ ਤੁਸੀਂ ਮੈਨੂੰ ਸਮਝ ਕਿਉਂ ਨਹੀਂ ਮੈਂ ਤੈਨੂੰ ਅਸੀਂ ਜੰਮਿਆ ਤੂੰ ਨਹੀਂ ਹੁਣ ਚੁੱਪ ਕਰ ਜਾ ਐਵੇਂ ਨਾ ਵਿੱਚ ਬੋਲੀ ਠੀਕ ਹੈ ਮਾਂ ਪਰ ਯਾਦ ਰੱਖਣਾ ਤੁਹਾਨੂੰ ਇੱਕ ਦਿਨ ਪਛਤਾਉਣਾ ਪਵੇਗਾ ਕਿਉਂ ਬਾਈ ਕੀ ਗੱਲ ਆ ਅੱਜ ਕੱਲਾ ਕੱਲਾ ਹੀ ਪੀ ਜਾਣਾ ਓ ਛੋਟੇ ਵੀਰ ਤੈਨੂੰ ਉਡੀਕੀ ਜਾਣਾ ਚੱਕ ਆ ਲੈ ਪਿੱਕ ਆਖਰ ਬਾਈ ਪੈਗ ਲਾ ਕੇ ਤੂੰ ਸੋਚਦਾ ਕੀ ਓ ਛੋਟੇ ਵੀਰ ਧੰਦਾ ਸਾਰਾ ਚੌਪਟ ਹੋ ਗਿਆ ਕੰਮ ਦਾ ਮੰਦਾ ਪੈ ਗਿਆ ਉਧਰੋਂ ਸਾਲਾ ਉਹ ਕੋਈ ਕੰਮ ਨਹੀਂ ਕਰਦਾ ਕੋਈ ਨਹੀਂ ਬਾਈ ਹੁਣ ਮੈਂ ਆ ਗਿਆ ਹਾਂ ਫਿਕਰ ਨਾ ਕਰ ਸਾਰੇ ਚੰਗੇ ਮੰਦੇ ਕੰਮਾਂ ਦਾ ਹੱਲ ਲੱਭ ਦਿੰਦਾ ਛੋਟੇ ਵੀਰ ਮੈਂ ਸੋਚਦਾ ਕਿ ਅੱਜ ਕੱਲ੍ਹ ਬਾਹਰੋਂ ਆਏ ਮੁੰਡਿਆਂ ਦੀ ਬਹੁਤ ਪਛਪੜਤਾ ਕਿਉਂ ਨਾ ਤੇਰੇ ਵਿਆਹ ਦੇ ਚੱਕਰ ਵਿੱਚ 25-30 ਲੱਖ ਰੁਪਈਆ ਕਿਸੇ ਤੋਂ ਬਟੋਰ ਲੈਂਦੇ ਨਾਲੇ ਤੂੰ ਐਸ਼ ਕਰਦੀ 4 ਦਿਨ ਠੀਕ ਹੈ ਬਾਈ ਪੁੰਨ ਤੇ ਫਲੀਆਂ ਦੋਵੇਂ ਹੱਥੀਂ ਲੁੱਟੋ
ਤੁਹਾਨੂੰ ਮੇਰੀ ਹਰ ਕੋਈ ਗੱਲ ਬੁਰੀ ਤਾਂ ਲੱਗਦੀ ਆ ਪਰ ਮੈਨੂੰ ਤੁਹਾਡੇ ਕੰਮਾਂ ਤੋਂ ਬੜੀ ਚਿੰਤਾ ਹੋ ਰਹੀ ਹੈ। ਤੈਨੂੰ ਕਿੰਨੇ ਵਾਰੀ ਕਿਹਾ ਇਹ ਬੰਦਿਆਂ ਦੀ ਗੱਲ ਵਿੱਚ ਤੰਗ ਨਹੀਂ ਗੜਾਉਣੀ ਚਾਹੀਦੀ, ਐਵੇਂ ਚਵਰ ਚਵਰ ਕਰੀ ਜਾਂਦੀ ਆ, ਜਾ ਆਪਣਾ ਕੰਮ ਕਰ। ਕੀ ਹਾਲ ਹੈ ਜੀ? ਠੀਕ ਹੈ। ਤੁਸੀਂ ਜੋ ਕੰਮ ਕਰਨ ਜਾ ਰਹੇ ਹੋ ਉਸ ਵਿੱਚ ਬਹੁਤ ਖਤਰਾ ਹੈ, ਪਲੀਜ਼ ਦੂਰ ਰਹੋ। ਕਿਹੜੇ ਕੰਮ ਦੀ ਗੱਲ ਕਰਦੇ ਹੋ ਜਨਾਬ? ਮੈਂ ਜਦੋਂ ਜ਼ਿੰਦਗੀ ਵਿੱਚ ਕੁਝ ਖਾਸ ਕਰਨਾ ਹੋਵੇ ਨਾ ਤਾਂ ਖਤਰੇ ਦਾ ਮੁੱਲ ਲੈਣੇ ਪੈਂਦੇ ਆ। ਨਹੀਂ ਦੀਪ, ਉਹ ਗੱਲ ਨਹੀਂ, ਪਰ ਰੋਕੇ ਹੋਣੇ ਚੰਗੇ ਬੰਦੇ ਨਹੀਂ, ਇਹਨਾਂ ਦਾ ਪਾਸਾ ਵੱਟਣਾ ਹੀ ਚੰਗਾ ਨਹੀਂ। ਜੋਤੀ, ਮੈਂ ਇਹ ਜੰਗ ਆਪਣੇ ਕਿਸੇ ਨਿੱਜੀ ਫਾਇਦੇ ਲਈ ਨਹੀਂ ਸ਼ੁਰੂ ਕੀਤੀ, ਮੈਂ ਇਸ ਪੂਰੇ ਗਰੋਹ ਖਿਲਾਫ ਜੰਗ ਸ਼ੁਰੂ ਕੀਤੀ ਹੈ। ਇਹ ਸਾਡੀਆਂ ਜ਼ਿੰਦਗੀਆਂ ਖਰਾਬ ਕਰ ਦਿੰਦੇ ਸਿਰਫ ਪੈਸੇ ਲਈ। ਤੇਰੇ ਦਿਲ ਦੀ ਧੜਕਣ ਵਿੱਚੋਂ ਟਕ ਟਕ ਦੀ ਜਗ੍ਹਾ ਦੀਪ ਦੀਪ ਸੁਣਾਈ ਦੇ ਰਿਹਾ। ਚੱਲ ਝੂਠਾ ਜਨਾਬ, ਅਸੀਂ ਕਿਸ ਮਰਜ਼ੀ ਦੀ ਦੁਆ ਸ਼ੇਰ ਜੰਗ ਸਾਹਿਬ, ਤੁਹਾਨੂੰ ਪਤਾ ਕਿ ਅੱਜ ਕੱਲ੍ਹ ਤੁਹਾਡੇ 'ਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਥਾਣੇਦਾਰ ਸਾਹਿਬ, ਸ਼ੇਰ ਜੰਗ ਸਿੰਘ ਸਭ ਕੁਝ ਜਾਣਦਾ, ਉੜਦੀਆਂ ਚਿੜੀਆਂ ਦੀਆਂ ਉਡਾਣਾਂ ਚੁਟਕੀ ਜੀ ਨਾਪ ਲੈਂਦਾ। ਸਾਹਿਬ ਬਹਾਦਰ, ਸਾਡੇ ਉੱਚ ਅਧਿਕਾਰੀ ਤੁਹਾਡੀਆਂ ਜੜਾਂ ਅਖਾੜਨ 'ਚ ਲੱਗੇ ਹੋਏ ਹੈ, ਨਾਲੇ ਖਾਸ ਕਰਕੇ ਇੰਸਪੈਕਟਰ ਸੁਖਦੀਪ ਸਿੰਘ ਹੱਥ ਧੋ ਕੇ ਨਹੀਂ ਤੁਹਾਡੇ ਨਾਂ ਧੋ ਕੇ ਮਗਰ ਪਿਆ ਹੋਇਆ। ਸਮੇਂ ਦੀ ਨਬਜ਼ ਪਛਾਣ ਕੇ ਉਸ 'ਤੇ ਗੌਰ ਕਰਨਾ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਥਾਣੇਦਾਰ ਸਾਹਿਬ, ਨਾਲੇ ਤੇਰੇ ਅਰਗੇ ਕਾਬਲ ਅਫਸਰ
ਤੇ ਜਿਗਰੀ ਮਿੱਤਰਾਂ ਦਾ ਸਾਥ ਹੋਵੇ ਤਾਂ ਭਲਾ ਛੇਰ ਜੰਗ ਸੰਘ ਦਾ ਕੋਈ ਕੁਛ ਵਿਗਾੜ ਸਕਦਾ? ਦੇਖੋ, ਤੁਹਾਨੂੰ ਦੱਸਣਾ ਸਾਡਾ ਫਰਜ਼ ਸੀ, ਅਸੀਂ ਆਪਣਾ ਫਰਜ਼ ਪੂਰਾ ਕਰ ਦਿੱਤਾ, ਬਾਕੀ ਤੁਹਾਡੇ ਹੱਥ ਵਿੱਚ, ਹੱਥ ਨਾਲ ਹੱਥ ਮਿਲਾਉਂਦੇ ਰਿਹਾ ਕਰੋ, ਬਾਕੀ ਤੁਸੀਂ ਸਮਝਦਾਰ। ਇਹੋ ਜਿਹੇ ਬੰਦਿਆਂ ਦੀ ਕਦਰ ਮੈਂ ਦਿਲੋਂ ਕਰਦਾ। ਚਿੰਤਾ ਕਿਉਂ ਕਰਦਾ ਤੂੰ ਜਿੰਦਰ ਸਿਆਂ? ਬਸ ਪਲ ਪਲ ਦੀ ਖਬਰ ਮੈਨੂੰ ਦਿੰਦਾ ਹੀ ਰਿਹਾ, ਨਾਲੇ ਇਹਨਾਂ ਲੰਡੀਆਂ ਬੁੱਚਿਆਂ ਨੂੰ ਆਪਾਂ ਸਮਝਦੇ ਕੀ ਆ। ਚੰਗਾ, ਮੈਂ ਚੱਲਦਾ, ਆਪਣਾ ਖਿਆਲ ਰੱਖਿਓ ਤੁਸੀਂ। ਵੈਸੇ ਉਂਝ ਵੀ ਸੁਖਦੀਪ ਸਿੰਘ ਬੰਦਾ ਬਹੁਤ ਕੜਕ ਹੈ, ਨਾਲੇ ਉੱਚ ਅਧਿਕਾਰੀਆਂ ਦਾ ਉਹਦੀ ਪਿੱਠ ਤੇ ਹੱਥ ਹੈ। ਮੈਂ ਕਿਹਾ ਜਿੰਦਰ ਸਿਆਂ, ਚਿੰਤਾ ਕਰਨੀ ਛੱਡ, ਮੈਂ ਹੈ ਨਾ ਤੇਰੇ ਨਾਲ, ਇੱਕ ਨਾਲ ਨਜਿੱਠ ਲਊਂਗਾ। ਕਦੇ ਵੀ ਜੰਗ ਸਿੰਘ ਕੱਚੀਆਂ ਗੋਲੀਆਂ ਨਹੀਂ ਖੇਡਦਾ, ਨਾਲੇ ਕਿਸੇ ਦਾ ਕਰਤਾ ਹੀ ਬੈਠਾਂਗੇ, ਕਬੀਰਦਾਰ ਦੀਆਂ ਗੱਲਾਂ ਕਰਾਂਗੇ। ਕਿਉਂ ਥਾਣੇਦਾਰ? ਚੰਗਾ, ਮੈਂ ਚੱਲਦਾ, ਸਤਿ ਸ੍ਰੀ ਅਕਾਲ। ਮਿਲਦੇ ਆ ਥਾਣੇਦਾਰ ਸਾਹਿਬ, ਮਿਲਦੇ ਆ। ਪੁਲਿਸ ਵਾਲੇ ਵੀ ਕਿਸੇ ਦੇ ਮੈਥ ਹੋਏ ਆ? ਜਿੰਨਾ ਚਿਰ ਹੱਥ ਝਾੜਦੇ ਰਹੋ, ਹਲੇ ਸਲਾਮਾਂ ਹੀ ਕਰਦੇ ਆ, ਹਲੇ ਕਦੇ ਵੀ ਛੇਰ ਜੰਗ ਸਿੰਘ ਕੱਚੀਆਂ ਗੋਲੀਆਂ ਨਹੀਂ ਖੇਡਦਾ। ਛੋਟੇ ਵੀਰ, ਮੱਲੀਆਂ ਵਾਲੇ ਸਵਰਨ ਨੇ ਇੱਕ ਕੁੜੀ ਦੀ ਦੱਸ ਪਾਈ। ਉਹ ਤਾਂ ਬਾਈ ਠੀਕ ਆ, ਮਾਲ ਮੁਲ ਕਿੰਨਾ ਕੁ ਦੇਣਗੇ ਇਹ ਪਹਿਲਾਂ ਹੀ ਗੱਲ ਕਰ ਲਿਓ। ਉਹ ਛੋਟੇ ਵੀਰ, 20-30 ਲੱਖ ਤਾਂ ਸਵਰਨ ਨੇ ਹਾਂ ਕਰ ਹੀ ਦਿੱਤੀ ਹੈ, ਬਾਕੀ ਰਹੀ ਬਾਕੀ ਦੀ ਗੱਲ, ਜ਼ੋਰ ਪਾ ਦਿਆਂਗੇ, ਹੋਰ ਵੀ ਕਰ ਲਾਂਗੇ। ਬਾਈ ਕੁੜੀ ਕਿਵੇਂ? ਕੁੜੀ ਦਾ ਕੀ ਪੁੱਛਦਾ? BA ਸਮਾਰਟ, ਮੈਂ ਕਹਿੰਦਾ ਨੇਰੇ ਕਰਦਾ ਚੱਲ, ਅਗਰ ਉਹ ਕੁੜੀ ਦਾ ਰਿਸ਼ਤਾ ਹੋ ਗਿਆ ਤਾਂ ਮੈਂ ਕਿਹਾ ਬਾਰੇ ਨਿਆਰੇ ਹੀ ਹੋ ਜਾਣਗੇ। ਬਾਈ ਛੇਤੀ ਕਰ, ਇਹੋ ਜਿਹੇ 'ਚ ਵਕਤ ਲੰਘਾਉਣਾ ਸਿਆਣਪ ਦੀ ਗੱਲ ਨਹੀਂ। ਆ ਖੁਸ਼ ਕੀਤਾ ਛੋੜੇ ਵੀਰ। ਨਹੀਂ ਐਡੀ ਕਿਹੜੀ ਗੱਲ, ਕੋਈ ਗੱਲ ਨਹੀਂ,
ਲਓ ਵੀ ਛੋਟੇ ਨੂੰ ਭੇਜੋ ਕਿੱਥੇ ਆ ਸਰਦਾਰ ਜੀ ਇਹ ਮੇਰਾ ਛੋਟਾ ਭਰਾ ਸ਼ੇਰਬਾ ਹੁਣੇ ਹੁਣੇ ਕੈਨੇਡਾ ਪਹੁੰਚਿਆ ਡੱਬਾ ਥੱਲੇ ਰੱਖੋ ਸਰਦਾਰ ਜੀ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ ਬਹੁਤ ਮੁਬਾਰਕ ਆਖਰ ਪਾਣੀ ਨੂੰ ਪੁੱਲ ਦੇ ਥੱਲੋਂ ਹੀ ਲੰਘਣਾ ਪਿਆ ਮੈਨੂੰ ਸਭ ਪਤਾ ਪਰ ਮੈਂ ਕੀ ਕਰਾਂ ਮੇਰੇ ਘਰਦਿਆਂ ਦੇ ਮਨਾਂ 'ਤੇ ਕਨੇਡਾ ਦੇ ਬਦਲ ਛਾਏ ਨੇ ਵੈਸੇ ਤਾਂ ਬਹੁਤ ਕੰਮ ਸ਼ੁੱਧ ਹੀ ਹੁੰਦਾ ਜਾਂ ਛੋਟਿਆ ਫਿਕਰ ਨਾ ਕਰੀ ਤੇਰੀ ਭੈਣ ਦਾ ਪੂਰਾ ਖਿਆਲ ਰੱਖ ਮੇਰੇ ਘਰਦਿਆਂ ਦੀ ਮਰਤੇ ਤੁਸੀਂ ਕੈਨੇਡਾ ਦਾ ਪਰਦਾ ਪਾ ਦਿੱਤਾ ਪਰ ਯਾਦ ਰੱਖੀ ਜੇ ਮੇਰੀ ਭੈਣ 'ਤੇ ਰੱਤੀ ਭਰ ਵੀ ਖਾਉਣਾ ਚਾਹੀਦਾ ਤਾਂ ਮੈਂ ਤੁਹਾਡੇ ਖਾਨਦਾਨ ਦੀ ਐਸੀ ਬਰਬਾਦੀ ਲਿਖਾਂਗਾ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਨਾਲੇ ਸਾਲਾ ਸਾਹਿਬ ਕੁੜੀ ਵਾਲੇ ਇੰਨੀਆਂ ਉੱਚੀਆਂ ਅਤੇ ਵੱਡੀਆਂ ਗੱਲਾਂ ਕਰਦੇ ਸ਼ੋਭਾ ਇਹਨਾਂ ਗੱਲਾਂ ਨੂੰ ਛੱਡ ਅਤੇ ਆਪਣੀ ਭੈਣ ਨੂੰ ਮੇਰੀ ਭੈਣ ਨੂੰ ਲੱਗੀ ਪੱਤੀ ਹਾਲ ਇੱਕ ਵੀ ਬੋਲਿਆ ਤੁਹਾਡੇ ਖਾਨਦਾਨ ਦੀ ਬਰਬਾਦੀ ਹੋਵੇਗਾ ਯਾਦ ਰੱਖੀ ਇਸ ਮੌਕੇ ਹਰ ਭਰਾ ਇਹੀ ਸੋਚਦਾ ਜਾ ਭੈਣ ਨੂੰ ਵਿਦਾ ਕਰ
ਜਰਦ ਜਨਾਬ ਮੈਂ ਕਿਹਾ ਜਨਾਬ ਤੁਸੀਂ ਸ਼ੇਰ ਜੰਗ ਸਿੰਘ ਨੂੰ ਥੋੜਾ ਜਿਹਾ ਕਰੜੀ ਹੱਥੇ ਲਿਓ ਉਹ ਬੰਦਾ ਬਹੁਤ ਕਮੀਨਾ ਜਰਾ ਸੰਭਲ ਕੇ ਕਰੜੀ ਹੱਥੀ ਸਟੈਪ ਚੱਕਿਓ ਜਿੰਦਰ ਸਿਆ ਤੂੰ ਮੈਨੂੰ ਸਲਾਹ ਦੇ ਰਿਹਾ ਜਾਂ ਸ਼ੇਰ ਜੰਗ ਸਿੰਘ ਦੀ ਤਰਫੋਂ ਧਮਕੀ ਦੇ ਰਿਹਾ ਤੁਸੀਂ ਤਾਂ ਮੇਰੇ ਤੇ ਸ਼ੱਕ ਕਰਕੇ ਮੈਨੂੰ ਦੋਸ਼ੀ ਬਣਾ ਰਹੇ ਹੋ ਨਾਲੇ ਮੈਂ ਇਹਨਾਂ ਲਗੋੜਾਂ ਨੂੰ ਕੀ ਜਾਣਦਾ ਠੀਕ ਆ ਤੁਸੀਂ ਖਿਆਲ ਰੱਖਣਾ ਕੌਣ ਉਹਦੇ ਕੋਲ ਜਾਂਦਾ ਹੈ ਤੇ ਕੌਣ ਉਹਦੇ ਕੋਲ ਆਉਂਦਾ ਤੁਸੀਂ ਹੁਕਮ ਤਾਂ ਕਰਕੇ ਦੇਖੋ ਓਏ ਉਹਨਾਂ ਨੂੰ ਘੜੀਸ ਕੇ ਮੈਂ ਤੁਹਾਡੇ ਪੈਰਾਂ 'ਚ ਸੁੱਟ ਦੂੰਗਾ ਚਿੰਤਾ ਕਰਨੀ ਛੱਡ ਦਿਓ ਜਨਾਬ ਜਿੰਦਰ ਕੀ ਕਾਰਨਾਮੇ ਕਰਦਾ ਹੈ ਨਹੀਂ ਮੇਰੀ ਜਾਨ ਜਾ ਤੂੰ ਛੱਡ ਉਹ ਕੋਈ ਮੂਰਖ ਹੈ ਭਲਾ ਜਿਹੜਾ ਕਰਦੀ ਪਹਿਲੇ ਤੋੜਦੀ ਛੱਡ ਕੇ ਤੇ ਜਾ ਬਾਰੇ ਸੋਚੂਗਾ ਔਰ ਨਹੀਂ ਮੇਰੀ ਜਾਨ ਨਹੀਂ ਨਹੀਂ ਨਹੀਂ
ਪੜਾਈ ਚੱਲ ਰਹੀ ਆ ਤੇਰੀ? ਹੋਰ ਦੀਪ ਦਾ ਕੀ ਹਾਲ ਏ? ਹੈਂ ਸੁੱਕੇ ਦਾ ਕੀ ਹਾਲ? ਠੀਕ ਹੈ, ਮਿਲਿਆ ਨੀ ਕਦੇ? ਮਿਲਦਾ ਹੁੰਦਾ ਨੀ ਵਿਚਾਰੇ ਸੁੱਖੇ ਨੂੰ, ਤੂੰ ਬਹੁਤ ਪਰੇਸ਼ਾਨ ਕਰ ਨੀ, ਤੂੰ ਲੋਕੇ ਇਹੀ ਵੇਖਦੀ ਰਹੀ। ਕਿਸੇ ਨੂੰ ਲੋਕ ਛੱਪ ਕੇ ਵੇਖਣਾ ਪਾਪ ਹੁੰਦਾ, ਚੱਲੀਏ ਫਿਰ। कृपया डायल किया गया नंबर जांच लें। ਹੋਰ ਥਾਣੇਦਾਰ ਸਾਹਿਬ, ਕੀ ਹਾਲ ਚਾਲ ਹੈ? ਅੱਜ ਕਿਵੇਂ ਦਰਸ਼ਨ ਦੇਣ ਆਏ ਆ ਜਵਾਬ? ਜਾ ਬਈ, ਕੁਛ ਠੰਡੇ ਤੱਤੇ ਦਾ ਇੰਤਜ਼ਾਮ ਕਰ ਥਾਣੇਦਾਰ ਲਈ। ਸ਼ੇਰਜੰਗ ਸਿੰਘ, ਫਾਰਮੈਲਿਟੀ ਦੀ ਕੋਈ ਜ਼ਰੂਰਤ ਨਹੀਂ। ਸਾਡੇ ਉੱਚ ਅਧਿਕਾਰੀਆਂ ਕੋਲ ਤੁਹਾਡੇ ਖਿਲਾਫ਼ ਸ਼ਿਕਾਇਤ ਪਹੁੰਚੀ ਹੈ ਕਿ ਤੁਸੀਂ ਕਾਲਜ ਦੇ ਵਿੱਚ ਡਰੱਗ ਸਪਲਾਈ ਕਰ ਰਹੇ ਹੋ। ਥਾਣੇਦਾਰ ਸਾਹਿਬ, ਤੁਹਾਨੂੰ ਇਹ ਕੀ ਵਹਿਮ ਪਾਤਾ ਮਹਾਰਾਜ? ਇਹ ਕੰਮ ਮੈਂ ਚੰਦ ਰੁਪਈਆਂ ਦੀ ਖਾਤਰ ਇਹ ਪਾਪ ਕਦੇ ਵੀ ਨਹੀਂ ਕਰ ਸਕਦਾ। ਨਾਲੇ ਇਸੇ ਕਾਲਜ ਦੇ ਵਿੱਚ ਮੇਰੇ ਬੱਚੇ ਪੜ੍ਹਦੇ। ਤੁਹਾਨੂੰ ਇਹ ਜਾਣਕਾਰੀ ਕਿਸੇ ਨੇ ਗਲਤ ਵੀ ਦਿੱਤੀ? ਇਹ ਤਾਂ ਹੁਣ ਪੂਰੀ ਇਨਕੁਆਇਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਥਾਣੇਦਾਰ ਸਾਹਿਬ, ਸਾਡੇ ਲਈ ਕੋਈ ਹੁਕਮ ਹੈ ਦੱਸੇ ਹੋਇਆ ਤਾਂ ਦੱਸੋ। ਨਾਲੇ ਸ਼ੇਰਜੰਗ ਸਿੰਘ ਸਰਕਾਰ ਦਾ ਹੁਣ ਤਾਂ ਹੀ ਮਾਣ ਹੀ ਕਰਦਾ ਹੈ। ਹਾਂ, ਇੱਕ ਗੱਲ ਜ਼ਰੂਰ ਹੈ, ਕੋਈ ਹੁਕਮ ਕਰਕੇ ਤਾਂ ਦੇਖੋ। ਮੈਂ ਇਸ ਲਈ ਕਹਿ ਰਿਹਾ, ਅਗਰ ਕੋਈ ਅਜਿਹਾ ਕੰਮ ਕਰ ਰਹੇ ਹੋ ਤਾਂ ਉਸਨੂੰ ਤੁਰੰਤ ਰੋਕ ਦਿੱਤਾ ਜਾਵੇ। ਥਾਣੇਦਾਰ ਸਾਹਿਬ, ਪਹਿਲਾਂ ਠੰਡਾ ਪਾਣੀ ਤਾਂ ਪੀਓ, ਬਾਕੀ ਵੀ ਇੰਤਜ਼ਾਮ। ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਪਰ ਮੇਰੀ ਨਸੀਹਤ ਯਾਦ ਰੱਖਿਓ। ਯਾਦ ਰੱਖੀ ਜਦ ਦੇਖਦਾ ਤੇਰੇ ਉੱਚ ਅਧਿਕਾਰੀਆਂ ਨੂੰ, ਨਾਲੇ ਸ਼ਿਕਾਇਤ ਕਰਨ ਵਾਲਿਆਂ ਨੂੰ, ਸ਼ੇਰਜੰਗ ਸਿੰਘ ਕਦੇ ਕੱਚੀਆਂ ਗੋਲੀਆਂ ਨਹੀਂ ਖੇਡਦਾ। ਹਰ 24 ਘੰਟੇ ਕਾਨੂੰਨ ਆਪਣੀ ਜੇਬ ਵਿੱਚ ਪਾ ਕੇ ਰੱਖਦਾ। ਦੀਦੀ, ਸ਼ਾਮ ਹੋ ਗਈ ਹੈ, ਤੂੰ ਹੋਏ ਤੱਕ ਨਹੀਂ ਆਏ। ਹੋਏ ਹੋਏ, ਇੰਨੀ ਬੇਸਬਰੀ! ਲਾਡੂ ਰਾਣੀ ਆ ਜਾਊਗਾ ਮੇਰਾ ਦਿਓਰ, ਚਿੰਤਾ ਨਾ ਕਰ, ਇੱਥੇ ਹੋਣਾ। ਮੈਂ ਤਾਂ ਦਿੱਲੀ ਚਲਾ ਗਿਆ। ਦਿੱਲੀ? ਦਿੱਲੀ ਕਰਨ ਚਲੇ ਗਏ? ਉਹ ਵੀ ਬਿਨਾਂ ਦੱਸੇ? ਦੇਖ ਸਿਮਰਨ, ਮੈਂ ਤੁਹਾਨੂੰ ਧੋਖੇ ਵਿੱਚ ਨਹੀਂ ਰੱਖਣਾ ਚਾਹੁੰਦਾ। ਮੈਂ ਵਾਪਸ ਜਾ ਰਿਹਾ, ਹੋ ਸਕਦਾ ਹੁਣ ਕਦੇ ਵੀ ਵਾਪਸ ਨਾ। ਸਿਮਰਨ! ਉਹ ਸਿਮਰਨ, ਕੀ ਹੋਇਆ ਸਿਮਰਨ? ਦੀਦੀ, ਮੈਂ ਬਰਬਾਦ ਹੋ ਗਈ। ਕੀ ਗੱਲ, ਕੀ ਹੋ ਗਈ? ਦੀਦੀ ਉਹ ਚਲੇ ਗਏ। ਉਹ ਨਹੀਂ ਨਹੀਂ, ਏਦਾਂ ਨਹੀਂ ਹੁੰਦਾ, ਆ ਜਾਊਗਾ। ਨਹੀਂ ਦੀਦੀ, ਕੋਈ ਕੁੜੀ ਹੋਣਾ ਨਹੀਂ, ਉਹ ਇੱਥੇ ਹੋਣਾ, ਆ ਜਾਊਗਾ।
हो चुप कर आ जाऊंगा। लेकिन मैं थोड़ा ना इन्ना जरूर वादा करता, मैं कुछ ना कुछ जरूर करूंगा। नहीं वे पापिया, कुछ करन दी लोड़ नहीं तेनू। मेरी ती तां गैरतमंद निकली जिन्हें अपनी जान दे दित्ती। पंजी तुसी ये की कह रहे हो? शेर जंग, तुसी मेरी ती दे कातल हो, तुसी मेरी ती दी जान लई है, रब तुहानू कदे माफ नहीं करेगा। नहीं नहीं पंजी, इत्ते वड्डा सराप ना दियो तुसी सानू। ना ना ना, एड्डा वड्डा सराप ना दियो। अपनी बारी डर गई है शेर जंग, तेरा सत्यानाश हो जाएगा, तू रब तो मौत मंगेगा, तेनू मौत नहीं मिलूगी। भैन जी, मैं तुहाडी इज्जत करदा, पर इहदा मतलब इह नहीं कि जो जीया ओह बोली जाणा। जा, जो मर्जी कर। तू एक दिन जरूर पछताएगा, तेरी अर्थी नू कोई कंधा देण वाला नहीं बचेगा। तू बर्बाद हो जाएगा, तू मौत मंगेगा, तेनू मौत नसीब नहीं होगी। शेर जंग, ए एक मां दा शराप है। इत्थे ना सही की होया, उस परमात्मा दी दरगाह च एक दिन मेनू इंसाफ जरूर मिलेगा। तू बर्बाद हो जाएगा शेर जंग, तेरा सत्यानाश हो जाएगा। लेकिन मैं भी ये देखना कि कड़ा शेर जंग जंग दी हवा वाल चकूगा। रॉकी वीरे, रॉकी डैडी, रॉकी डैडी, 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 डैड, डैडी, डैडी, रॉकी, डैडी। रॉकी, रॉकी पुत्त की हो गया? अरे रॉकी, की हो तेनू?
जो तू बीजया ओ लोगों में बर्बाद हो गया अब मैं नशा इंसाफ मालिक दा जो तू बीजया ओ ही बढ़या इंसाफ 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 मौला जे मेरी भैन ते एक भी खलो जाई तो मैं तेनू जिंदा नहीं छड़ूंगा और तू मेरी एक भी नहीं मनी मैं तेनू जिंदा नहीं छड़ूंगा हराम जादिया ओए केना मोदी मैं गोली मार दूंगा ये हिम्मत दा मार फिर ओए इत्थे ही रुक जा मार जे हिम्मत दा नहीं अज मैं तेनू नहीं छड़ना जो किसी का घर उजाड़ता वह खुद भी कदे आबाद नहीं रहता मैं हूने भैन की चिता अग दे के आया सिर्फ तेरी तेरी चिता जलानी बाकी है नहीं दीप छड़ा नू कानून सजा देवेगा नहीं सर नहीं इन्होंने मेरी भैन नू मारा मैं सराम जाने नू नहीं छड़ागा नहीं दीप कानून नू हाथ विच नहीं लईदा कानून दी इज्जत करना हर किशारी दा फर्ज है ठीक है सर
तेरी मौत ते मेरे विचकार आज कानून दीवार बन गया, वरना तेनू बचाने वाला आज कोई नहीं सी। कानून कड़े कानून की गल करता तू? कानून मैं 24 घंटे मुट्ठी विच रखता है। शेर जंग सिंह ना पंगा लेके तू चंगा नहीं किया, कल दे छोक रहा। देखूंगा देखूंगा तेनू, एक दिन देखूंगा जरूर। और मैनू बाहर आ लैन दे, गिरफ्तार कर लो इनू। कानून की गल करता है, कानून तो फिर भी मेरी मुट्ठी जा। ओ जिंदर सिंह, तू सच कारी विखाया के पुलिस वाले किसे दे मैत नहीं हुंदे। और सारी उम्र जेड़े हाथ शेर जंग सिंह दे अगे अड्डे रहे, ओही हाथ अज जंग सिंह दे गल में पौन लग फिरदे। तू पुलिस वालिआं नूं नौकर समझ छड्डिआ, मैं तैनूं थाने ले जाके दसदा के किवें कानून नूं मुट्ठी च रखीदा। अज तेरे वर्गे पता नहीं किन्ने आए ते किन्ने चले गए। ओ तू चुप करदा ना, सानू कुछ करना पऊ। जनाब थोड़ा सबर करो, मैं थाने ले जाके पुछदा वी केड़ा कानून आ दी मुट्ठी च। अच्छे जंग सिंह नूं सारी दुनिया जानती आ, अच्छे जंग सिंह की कर सकदा। ओ तेरे अर्गे चित्रा किन्ने आए सियाने कहिंदे ने स्वर्ग नरक इत्थे ही हुंदा है। कीते चंगे मंदे कम्मां दा निपटारा इसे जहान ते हो जांदा है। इंसान पैसे ते अपने असर रसूख नाल अनेका गलत कम करदा है, वो भुल जांदा है कि इस गलती दा फल भी उसनू भुगतना पैणा है। इस फिल्म दे किरदार शेर जंग सिंह ने पता नहीं किन्ने कारो जाड़े ते अनेका गैर कानूनी धंधे कीते। अज उस दे बेटे दी मौत उन्हां ही नशियां कारण हुई जो उन्हें समाज नूं दित्ती, ते उस दे भरा दी मौत एक जहाज दुर्घटना विच हो गई।